ਅੱਗੇ ਪੜ੍ਹਦੇ ਹਾਂ ਜੀ ਕਨਿਸ਼ਕ ਕੁਸ਼ਾਨ ਦਾ ਰਾਜਾ ਕਨਿਸ਼ਕ ਕੁਸ਼ਾਨ ਅੰਪਾਇਰ ਕੁਸ਼ਾਨ ਸਮਰਾਜ ਦਾ ਇੱਕ ਬਹੁਤ ਵੱਡਾ ਰਾਜਾ ਹੋਇਆ ਜੀ ਕਨਿਸ਼ਕ ਪਹਿਲੀ ਸਦੀ ઈਸਾ ਪੂਰਵ 78 ਤੋਂ ਲੈ ਕੇ 120 ਇਸਵੀ ਕਨਿਸ਼ਕ ਕੁਸ਼ਾਨ ਵੰਸ਼ ਦਾ ਸਭ ਤੋਂ ਮਹੱਤਵਪੂਰਨ ਸ਼ਾਸਕ ਸੀ ਉਹ ਸਾਕਾ ਯੁੱਗ ਦਾ ਬਾਨੀ ਸੀ ਜਿਹੜਾ ਸਾਕਾ ਇਰਾਨ ਜਿਹੜਾ 78 ਏਡੀ ਤੋਂ ਸ਼ੁਰੂ ਹੁੰਦਾ ਆ ਉਸ ਦਾ ਬਾਨੀ ਸੀ ਜੋ 78 ਈਸਵੀ ਤੋਂ ਸ਼ੁਰੂ ਹੁੰਦਾ ਹੈ ਉਹ ਨਾ ਸਿਰਫ ਇੱਕ ਮਹਾਨ ਵਿਜੇਤਾ ਸੀ ਸਗੋਂ ਧਰਮ ਅਤੇ ਕਲਾ ਦਾ ਸਰਪ੍ਰਸਤ ਵੀ ਸੀ ਕਿੰਨਾ ਉਹਨਾਂ ਅੰਪਾਇਰ ਸਮਰਾਜ ਸਥਾਪਿਤ ਕੀਤਾ ਜਿੱਤਾਂ ਪ੍ਰਾਪਤ ਕੀਤੀਆਂ ਤੇ ਉਹ ਉਹਨਾਂ ਰਿਲੀਜੀਅਸ ਧਰਮ ਅਤੇ ਕਲਾ ਉਸ ਨੂੰ ਵੀ ਕਾਫੀ ਉਤਸ਼ਾਹਿਤ ਕੀਤਾ ਇਸ ਦੇ ਉੱਤੇ ਵੀ ਪ੍ਰਸ਼ਨ ਆ ਜਾਂਦਾ ਕਿ ਉਸਨੇ ਕਲਾ ਨੂੰ ਕਿਸ ਤਰ੍ਹਾਂ ਉਤਸ਼ਾਹਿਤ ਕੀਤਾ ਉਸਨੇ ਕਿਹੜੇ ਧਰਮ ਨੂੰ ਪੈਟਰੋਨੇਜ ਦਿੱਤੀ ਇਹ ਗੱਲਾਂ ਵੀ ਆ ਜਾਂਦੀਆਂ ਪੁੱਛੀਆਂ ਜਾਂਦੀਆਂ ਪੜਦੇ ਹਾਂ ਜੀ ਕਨਿਸ਼ਕ ਦੀਆਂ ਜਿੱਤਾਂ ਕਨਿਸ਼ਕ ਦੀਆਂ ਜਿੱਤਾਂ ਉਸ ਦੇ ਗੱਤੀ ਹਾਸਲ ਕਰਨ ਦੇ ਸਮੇਂ ਉਸ ਦੇ ਸਾਮਰਾਜ ਵਿੱਚ ਅਫਗਾਨਿਸਤਾਨ ਗੰਦਾਰ ਸਿੰਧ ਅਤੇ ਪੰਜਾਬ ਸ਼ਾਮਿਲ ਸਨ ਕਹਿਣ ਦਾ ਮਤਲਬ ਜਦੋਂ ਉਹ ਰਾਜ ਤੇ ਬੈਠਾ ਉਸ ਵੇਲੇ ਵੀ ਉਹਦਾ ਰਾਜ ਕਾਫੀ ਵੱਡਾ ਸੀ ਅਫਗਾਨਿਸਤਾਨ ਅੱਜ ਦਾ ਕੰਧਾਰ ਅਫਗਾਨਿਸਤਾਨ ਦਾ ਜਿਹੜਾ ਸ਼ਹਿਰ ਆ ਸਿੰਧ ਪੰਜਾਬ ਇਸ ਇਹ ਸੀਗੇ ਇੱਥੇ ਕਾਫੀ ਸੀ ਇਸ ਤੋਂ ਬਾਅਦ ਉਸਨੇ ਮਗਧ ਨੂੰ ਜਿੱਤ ਲਿਆ ਪੂਰਬ ਵੱਲ ਗਿਆ ਤੇ ਬਿਹਾਰ ਸਾਹਿਤ ਦਾ ਏਰੀਆ ਮਗਧ ਉਸ ਨੂੰ ਵੀ ਜਿੱਤ ਲਿਆ ਅਤੇ ਆਪਣੀ ਸ਼ਕਤੀ 파ਟਲੀ ਪੁੱਤਰ ਅਤੇ ਬਹੁਤ ਗਿਆ ਤੱਕ ਵਧਾ ਦਿੱਤੀ ਠੀਕ ਹੈ ਜੀ ਕਲਹਣ ਅਨੁਸਾਰ ਕਨੇਸ਼ਕ ਨੇ ਕਸ਼ਮੀਰ ਉੱਤੇ ਹਮਲਾ ਕਰਕੇ ਇਸ ਉੱਤੇ ਕਬਜ਼ਾ ਕਰ ਲਿਆ ਸੀ ਕਲਹਣ ਰਾਜ ਤਰੰਗਣੀ ਹੈ ਜੀ ਸਾਹਿਤ ਰਾਜ ਤਰੰਗਣੀ ਕਿਤਾਬ ਉਹਦਾ ਲੇਖਕ ਹੈ ਕਲਣ ਕਸ਼ਮੀਰ ਦਾ ਪੋਇਟ ਤੇ ਇਸ ਵਿੱਚ ਕਸ਼ਮੀਰ ਦੇ ਬਾਰੇ ਕਸ਼ਮੀਰ ਦੀ ਹਿਸਟਰੀ ਬਾਰੇ ਗੱਲਾਂ ਲਿਖੀਆਂ ਤੇ ਉਸਨੇ ਵੀ ਲਿਖਿਆ ਕਿ ਕਨਿਸ਼ਕ ਨੇ ਕਸ਼ਮੀਰ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਸੀ ਆ ਤੁਸੀਂ ਯਾਦ ਰੱਖਿਓ ਜੀ ਕੇ ਤੋਂ ਕਲਹਣ ਕੇ ਤੋਂ ਕਨਿਸ਼ਕ ਠੀਕ ਹੈ ਜੀ ਕੇ ਤੋਂ ਕਸ਼ਮੀਰ ਤੇ ਕੇ ਤੋਂ ਕੁਸ਼ਾਨ ਇਸ ਤਰ੍ਹਾਂ ਯਾਦ ਕਰਨ ਦੇ ਤਰੀਕੇ ਆ ਜੀ ਕੁਸ਼ਾਨ ਕਿੰਗ ਕਨਿਸ਼ਕ ਕਲਹਣ ਨੇ ਲਿਖਿਆ ਕਿ ਉਸਨੇ ਕਸ਼ਮੀਰ ਉੱਤੇ ਵੀ ਕਾਫੀ ਕਬਜ਼ਾ ਕਰ ਲਿਆ ਸੀ ਉਸਦੇ ਸਿੱਕੇ ਮथुरा ਸਰਾਵਸਤੀ ਕੋਸ਼ੰਬੀ ਅਤੇ ਬਨਾਰਸ ਵਰਗੇ ਕਈ ਸਥਾਨਾਂ ਤੋਂ ਮਿਲਦੇ ਹਨ ਅਤੇ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਉਸਨੇ ਇਸ ਇਸ ਏਰੀਏ ਤੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ ਉਸਨੇ ਗੰਗਾ ਦੇ ਮੈਦਾਨ ਦਾ ਵੱਡਾ ਹਿੱਸਾ ਜ਼ਰੂਰ ਹੀ ਜਿੱਤਿਆ ਹੋਣਾ ਹੈ ਹੈਨਾ ਜੇ ਇਸੇ ਸਥਾਨ ਤੋਂ ਉਹਦੇ ਸਿੱਕੇ ਮਿਲਦੇ ਆ ਇਹਦਾ ਮਤਲਬ ਇਹ ਏਰੀਆ ਵੀ ਉਹਦੇ ਪ੍ਰਭਾਵ ਅਧੀਨ ਹੋਣਾ ਉਸਨੇ ਚੀਨੀਆਂ ਦੇ ਵਿਰੁੱਧ ਵੀ ਲੜਾਈ ਕੀਤੀ ਅਤੇ ਉਹਨਾਂ ਤੋਂ ਕੁਝ ਇਲਾਕੇ ਹਾਸਲ ਕਰ ਲਏ। ਕਨਿਚ ਕੰਦਾ ਸਾਮਰਾਜ ਪੱਛਮ ਵਿੱਚ ਗੰਦਾਰ ਤੋਂ ਪੂਰਬ ਵਿੱਚ ਬਨਾਰਸ ਤੱਕ ਅਤੇ ਉੱਤਰ ਵਿੱਚ ਕਸ਼ਮੀਰ ਤੋਂ ਦੱਖਣ ਵਿੱਚ ਮਾਲਵਾ ਤੱਕ ਫੈਲਿਆ ਹੋਇਆ ਇੱਕ ਵਿਸ਼ਾਲ ਸਾਮਰਾਜ ਸੀ। ਫੋਟੋ ਦੇਖ ਲੈਂਦੇ ਆ ਆ ਦੇਖੋ ਜੀ ਗੰਦਾਰ ਤੋਂ ਲੈ ਕੇ ਤੁਹਾਡਾ ਇਧਰ ਜਿਹੜਾ ਸੀ ਬਨਾਰਸ ਈਸਟਰਨ ਯੂਪੀ ਅੱਜ ਦੇ ਟਾਈਮ ਦਾ ਕਸ਼ਮੀਰ ਤੋਂ ਲੈ ਕੇ ਮਾਲਵਾ ਆ ਤੁਹਾਡਾ ਰਾਜਸਥਾਨ ਦਾ ਸਾਊਥ-ਈਸਟ ਵਾਲਾ ਜਿਹੜਾ ਇੱਸਾ ਨਾ ਉਹਨੂੰ ਕਹਿੰਦੇ ਜੀ ਮਾਲਵਾ ਇੱਥੇ ਤੱਕ ਉਹਦਾ ਸਿਕਾ ਸਾਮਰਾਜ ਆ। ਆ ਕੁਸ਼ਾਨ एंपਾਇਰ ਆ। ਠੀਕ ਹੈ ਜੀ। ਉਸਦੀ ਰਾਜਧਾਨੀ ਪੁਸ਼ਪੁਰਾ ਜਾਂ ਅਯੋਕੇ ਸਮੇਂ ਦਾ ਪਸ਼ਾਵਰ ਸੀ। ਅੱਜ ਦੇ ਟਾਈਮ ਵਿੱਚ ਜਿਹਨੂੰ ਪਸ਼ਾਵਰ ਕਹਿੰਦੇ ਆ ਅਸੀਂ ਉਹ ਉਸਦੀ ਰਾਜਧਾਨੀ ਸੀ। ਜਿਹਨੂੰ ਪੁਸ਼ਪੁਰਾ ਵੀ ਕਹਿੰਦੇ ਸੀ। ਪੁਸ਼ਪੁਰਾ। ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਆ ਕਿ ਉਹ ਕਿਹੜਾ ਰਾਜਾ ਸੀ ਜੇਦੀ ਰਾਜਧਾਨੀ ਪੁਸ਼ਪੁਰਾ ਸੀ। ਉਦਾਸਾਮਰਾਜ ਇੰਨਾ ਇੰਨਾ ਸੀ ਉਸਨੇ ਬੁੱਧ ਧਰਮ ਨੂੰ ਸਰਪ੍ਰਸਤੀ ਦਿੱਤੀ ਇਸ ਤਰ੍ਹਾਂ ਦੇ ਤੁਹਾਨੂੰ ਹਿੰਦ ਦੇ ਕੇ ਪ੍ਰਸ਼ਨ ਪੁੱਛੇ ਜਾਂਦੇ ਆ ਮਥੁਰਾ ਉਸ ਤੇ ਸਾਮਰਾਜ ਦਾ ਇੱਕ ਹੋਰ ਮਹੱਤਵਪੂਰਨ ਸ਼ਹਿਰ ਸੀ ਮਥੁਰਾ ਦਿੱਲੀ ਤੋਂ ਚਾਹੀਏ ਯੂਪੀ ਸਾਈਡ ਤੋਂ ਈਸਟ ਵੈਸਟਰਨ ਯੂਪੀ ਵਿੱਚ ਮਥੁਰਾ ਬ੍ਰਿੰਦਵਨ ਅੱਛਾ ਜੀ ਅੱਗੇ ਕਹ ਲਾਂਦੀ ਆ ਜੀ ਕਨਿਸ਼ਕ ਅਤੇ ਬੁੱਧ ਧਰਮ ਕਨਿਸ਼ਕ ਤੇ ਬੁੱਧ ਧਰਮ ਦਾ ਕੀ ਸੰਬੰਧ ਆ ਕਨਿਸ਼ਕ ਨੇ ਆਪਣੇ ਸ਼ੁਰੂਆਤੀ ਰਾਜ ਵਿੱਚ ਬੁੱਧ ਧਰਮ ਅਪਣਾ ਲਿਆ ਸੀ ਜਦੋਂ ਉਸਨੇ ਗੱਡੀ ਤੇ ਬੈਠਾ ਹੀ ਆ ਉਸ ਤੋਂ ਕੁਝ ਟਾਈਮ ਬਾਅਦ ਹੀ ਉਸੇ ਸਮੇਂ ਉਸਨੇ ਖੁਦ ਬੁੱਧ ਧਰਮ ਅਪਣਾ ਲਿਆ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਦੂਸਰੇ ਧਰਮ ਨਾਲ ਨਫ਼ਰਤ ਕਰਦਾ ਸੀ ਨਹੀਂ ਦੂਸਰੇ ਧਰਮਾਂ ਨੂੰ ਵੀ ਉਸਨੇ ਰਿਸਪੈਕਟ ਦਿੱਤੀ ਆਦਰ ਦਿੱਤਾ ਹਾਲਾਂਕਿ ਉਸਦੇ ਸਿੱਕਿਆਂ ਵਿੱਚ ਨਾ ਸਿਰਫ ਬੁੱਧ ਸਗੋਂ ਜੁਨਾਨੀ ਅਤੇ Hindu ਦੇਵਤਿਆਂ ਦੀਆਂ ਤਸਵੀਰਾਂ ਵੀ ਮਿਲਦੀਆਂ ਹਨ ਜੁਨਾਨੀ Hindu ਬੁੱਧ ਇਹ ਸਾਰੇ ਦੇਵਤਿਆਂ ਦੀਆਂ ਫੋਟੋ ਸਿੱਕਿਆਂ ਤੇ ਮਿਲਦੀਆਂ ਇਹ ਦੂਜੇ ਧਰਮਾ ਪਤੀ ਕਨਿਸ਼ਕ ਦੀ ਸ਼ਹਿਨਸ਼ੀਲਤਾ ਨੂੰ ਦਰਸਾਉਂਦਾ ਹੈ ਟੋਲਰੈਂਸ ਸੀਗੀ ਦੂਸਰੇ ਧਰਮ ਪ੍ਰਤੀ ਵੀ ਉਸ ਦੀ ਸ਼ਹਿਨਸ਼ੀਲਤਾ ਸੀ ਕਨਿਸ਼ਕ ਦੇ ਯੁੱਗ ਵਿੱਚ ਮਹਾਯਾਨ ਬੁੱਧ ਧਰਮ ਪ੍ਰਚਲਿਤ ਹੋਇਆ ਆ ਇੰਪੋਰਟੈਂਟ ਪੁਆਇੰਟ ਹੋ ਗਿਆ ਮਹਾਯਾਨ ਦੇਖੋ ਜੀ ਬੁੱਧ ਧਰਮ ਡਿਊ ਕੋਰਸ ਆਫ ਟਾਈਮ ਬੁੱਧ ਧਰਮ ਦੀ ਬ੍ਰਾਂਚ ਬਣੀ ਮਹਾਯਾਨ ਬੁੱਧ ਪਹਿਲਾਂ ਕਿਹੜਾ ਸੀ ਅਸ਼ੋਕ ਦੁਆਰਾ ਪ੍ਰਸਾਰਿਆ ਤੇ ਬੁੱਧ ਦੁਆਰਾ ਜਿਹੜਾ ਸਿਗਾ ਧਰਮ ਉਹ ਸੀ ਹੀਨਯਾਨ ਉਸ ਦੇ ਵਿੱਚ ਮੂਰਤੀ ਪੂਜਾ ਵਗੈਰਾ ਨਹੀਂ ਹੁੰਦੀ ਸੀ ਕਿਸੇ ਭਗਵਾਨ ਦੀ ਫੁੱਲਾਂ ਨਾਲ ਅਰਚਨਾ ਵਗੈਰਾ ਨਹੀਂ ਹੁੰਦੀ ਸੀ ਹੁਣ ਕੀ ਆ ਕਿ ਪੂਜਾ ਪਾਠ ਹੋਣ ਲੱਗ ਗਿਆ ਮਹਾਤਮਾ ਬੁੱਧ ਦੀਆਂ ਮੂਰਤੀਆਂ ਮਿਲਣ ਲੱਗੀਆਂ ਉਹਦੀਆਂ ਫੋਟੋਆਂ ਮਿਲਣ ਲੱਗੀਆਂ ਤੇ ਫੋਟੋਆਂ ਦੀ ਪੂਜਾ ਹੋਣ ਲੱਗ ਗਈ ਇਹ ਬੁੱਧ ਦੁਆਰਾ ਸਿਖਾਏ ਗਏ ਅਤੇ ਅਸ਼ੋਕ ਦੁਆਰਾ ਪ੍ਰਚਾਰੇ ਗਏ ਧਰਮ ਤੋਂ ਬਹੁਤ ਸਾਰੇ ਮਾਮਲੇ ਵਿੱਚ ਵੱਖਰਾ ਹੈ ਇਹਨਾਂ ਵਾਲਾ ਕਿਹੜਾ ਸੀ ਬੁੱਧ ਧਰਮ ਹੀਨयान ਹੁਣ ਬੁੱਧ ਦੀ ਪੂਜਾ ਫੁੱਲਾਂ ਅਤਰਾਂ ਮਤਲਬ ਖੁਸ਼ਬੂਆਂ ਅਤੇ ਦੀਵਿਆਂ ਨਾਲ ਕੀਤੀ ਜਾਣ ਲੱਗੀ ਤੇ ਉਸ ਦੀਆਂ ਮੂਰਤੀਆਂ ਉਸ ਦੇ ਉੱਤੇ ਕੱਪੜੇ ਵੀ ਕੀਆ ਹੁਣ ਤੁਹਾਨੂੰ ਮਿਲਣਗੇ ਮੋٹے ਮੋٹے ਡ੍ਰੈਪਰੀ ਵਾਲੇ ਕੱਪੜੇ ਮੁੱਤ ਦੀਆਂ ਮੂਰਤੀਆਂ ਤੇ ਮਿਲਣਗੇ ਫੁੱਲਾਂ ਕੱਪੜਿਆਂ ਅਤਰਾਂ ਅਤੇ ਦੀਵਿਆਂ ਨਾਲ ਪੂਜਾ ਵਗੈਰਾ ਕੀਤੀ ਜਾਣ ਲੱਗੀ ਮੂਰਤੀਆਂ ਉੱਤੇ ਕੱਪੜੇ ਵੀ ਚੜਾਈ ਜਾਣ ਲੱਗੇ ਮੂਰਤੀਆਂ ਦੇ ਵਿੱਚ ਵੀ ਕੱਪੜੇ ਦਾ ਪੂਰਾ ਉਹਨਰੇ ਨਾ ਤਾਨ ਤੇ ਕਪੜਾ ਇਸ ਤਰ੍ਹਾਂ ਦਿਖਾਇਆ ਜਾਂਦਾ ਸੀ ਪੂਰੀ ਬਾਡੀ ਕਵਰ ਕੀਤੀ ਗਈ ਮਤਲਬ ਮੂਰਤੀਆਂ ਵਿੱਚ ਇਸ ਤਰ੍ਹਾਂ ਮਹਾਯਾਨ ਬੁੱਧ ਧਰਮ ਵਿੱਚ ਚਿੱਤਰ ਪੂਜਾ ਮਤਲਬ ਮੂਰਤੀ ਪੂਜਾ ਚਿੱਤਰ ਪੂਜਾ ਫੋਟੋ ਦੀ ਪੂਜਾ ਅਤੇ ਰੀਤੀ ਰਿਵਾਜ ਵਿਕਸਿਤ ਹੋ ਗਏ ਪਹਿਲਾਂ ਇਹ ਨਹੀਂ ਰੀਤੀ ਰਿਵਾਜ ਨਹੀਂ ਸੀ ਪਹਿਲਾਂ ਇਹਨੀਆਂ ਪੂਜਾ ਆਰਚਨਾ ਜਾਂ ਹੋਰ ਇਸ ਤਰ੍ਹਾਂ ਦੇ ਠੀਕ ਹੈ ਨਾ ਰੀਤੀ ਰਿਵਾਜ ਉਹ ਨਹੀਂ ਸੀ ਹੁਣ ਇਹ ਵਿਕਸਿਤ ਹੋ ਗਏ ਕਨਿਸ਼ਕ ਨੇ ਨਵੇਂ ਧਰਮ ਦੇ ਪ੍ਰਚਾਰ ਲਈ ਮੱਧ ਏਸ਼ੀਆ ਅਤੇ ਚੀਨ ਵਿੱਚ ਮਿਸ਼ਨਰੀ ਵੀ ਭੇਜੇ ਵੀ ਆਪਣੇ ਧਰਮ ਮਹਾਯਾਨ ਬੁੱਧ ਜੀ ਦੇ ਪ੍ਰਚਾਰ ਲਈ ਅਲੱਗ-ਅਲੱਗ ਏਰੀਆ ਵਿੱਚ ਖੇਤਰ ਵਿੱਚ ਖਾਸ ਤੌਰ ਤੇ ਮੱਧ ਏਸ਼ੀਆ ਆ ਕੇ ਜਾ ਕੇ ਸਤਨ ਵਗੈਰਾ ਜਿਹੜੇ ਥੇਸ ਹਨ ਇਹ ਮੱਧ ਏਸ਼ੀਆ ਵਿੱਚ ਆ ਤੇ ਚੀਨ ਵਿੱਚ ਵੀ ਮਿਸ਼ਨਰੀ ਭੇਜੇ ਠੀਕ ਹੈ ਜੀ ਵਕ ਵਕ ਥਾਵਾਂ ਤੇ ਬੋਧੀ ਚੈਤੇ ਅਤੇ ਵਿਹਾਰ ਬਣਾਏ ਗਏ ਯਾਦ ਕਰੋ ਫਿਰ ਵਿਹਾਰ ਕੀ ਸੀ ਜਿੱਥੇ ਬੁੱਧ ਪਿਕਚਰ ਰਹਿੰਦੇ ਆ ਚੈਤਿਆ ਕੀ ਸੀ ਜਿੱਥੇ ਬੁੱਧ ਪਿਕਚਰ ਪੂਜਾ ਕਰਦੇ ਆ ਉਸਨੇ ਵਸੂਮਿਤਰਾ ਅਸ਼ਵਗੋਸ਼ ਅਤੇ ਨਾਗਰਜੁਨ ਵਰਗੇ ਬਹੁਤੀ ਵਿਦਵਾਨਾਂ ਦੀ ਸਰਪ੍ਰਸਤੀ ਕੀਤੀ ਪੈਟਰੋਨਿਸ ਦਿੱਤੀ ਉਹਦੇ ਦਰਬਾਰ ਵਿੱਚ ਇਹ ਇਹ ਬੋਧੀ ਸਿਗੇ ਇਹ ਜਿਹੜੇ ਬੋਧੀ ਮਹਾਪੁਰਖਾ ਵਿਦਵਾਨ ਆ ਉਹਨਾਂ ਨੂੰ ਇਸਨੇ ਰਿਸਪੈਕਟ ਦਿੱਤੀ ਪੈਟਰੋਨਿਸ ਦਿੱਤੀ ਇਹ ਪ੍ਰਸ਼ਨ ਆ ਸਕਦਾ ਕਿ ਉਹ ਕਿਹੜਾ ਰਾਜਾ ਸੀ ਜਿਸਨੇ ਵਸੂਮਿਤਰਾ ਅਸ਼ਵਗੋਸ਼ ਅਤੇ ਨਾਗਰਜੁਨ ਵਰਗੇ ਬਹੁਤੀ ਵਿਦਵਾਨਾਂ ਨੂੰ ਸਰਪ੍ਰਸਤੀ ਦਿੱਤੀ ਉਹ ਸੀ कनिष्क उसने बोधी धर्म शास्त्र सिद्धांत संबंधित मामलों बारे विचार वटांदरे चौथी बोधी कौंसल भी बुलाई याद करो आर बी पी पहली सी राज दूसरी सी सीढ़ी तो वैशाली है ना बी तो वैशाली थी आई थिंक हाँ पी तो पाटली पुत्र तो चौथी सी कश्मीर चौथी बोधी कौंसल किसने बुलाई कनिष्क ने के तो कनिष्क के तो कश्मीर ਤਾਂ ਇਸ ਵਿੱਚ ਮਹਾਯਾਨ ਬੁੱਧ ਧਰਮ ਦਾ ਪੂਰਾ ਰੂਪ ਨਿਕਲ ਕੇ ਆਇਆ ਬੁੱਧ ਧਰਮ ਦੇ ਧਰਮ ਸ਼ਾਸਤਰ ਵਗੈਰਾ ਉਸ ਦੇ ਬਾਰੇ ਵਿੱਚ ਉਹਦੇ ਪ੍ਰਿੰਸੀਪਲ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਹੈ ਨਾ ਇਹਨਾਂ ਸਾਰਿਆਂ ਨਾਲ ਸੰਬੰਧਿਤ ਉਸਨੇ ਚੌਥੀ ਬੋਧੀ ਕੌਂਸਲ ਬੁਲਾਈ ਇਹ ਵਸੂ ਮਿਤਰਾ ਦੀ ਪ੍ਰਧਾਨਗੀ ਹੇਠ ਕਸ਼ਮੀਰ ਵਿੱਚ ਸ਼ਿਰੀ ਨਗਰ ਦੇ ਨੇੜੇ ਕੁੰਡਲਵਨ ਮੱਠ ਵਿੱਚ ਆਯੋਜਿਤ ਕੀਤੀ ਗਈ ਸੀ ਕੌਣ ਸੀ ਇਹਦਾ ਪ੍ਰਧਾਨ ਵਸੂ ਮਿਤਰਾ ਵਸੂ ਮਿਤਰਾ ਇਹਦਾ ਪ੍ਰਦਾਨ ਸੀ ਚੌਥੀ ਪੋਤੀ ਕੌਂਸਲ ਦਾ ਕਿੱਥੇ ਹੋਈ ਸੀ ਕਸ਼ਮੀਰ ਵਿੱਚ ਤਾਂ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਜੇ ਪ੍ਰਸ਼ਨ ਥੋੜਾ ਜਿਆਦਾ ਟਫ ਕਰਤਾ ਕਸ਼ਮੀਰ ਦੇ ਨੇੜੇ ਕਿੱਥੇ ਕਸ਼ਮੀਰ ਵਿੱਚ ਸ਼ੇਰਨਾਗਰ ਦੇ ਨੇੜੇ ਕੁੰਡਲਵਨ ਵਿੱਚ ਇਸ ਕੌਂਸਲ ਵਿੱਚ ਲਗਭਗ 500 ਭਿਕਸ਼ੂ ਸ਼ਾਮਿਲ ਹੋਏ ਪ੍ਰਿਸ਼ਨ ਨੇ ਤ੍ਰਿਪਿਟਕਾ ਉੱਤੇ ਇੱਕ ਪ੍ਰਮਾਣਿਕ ਟਿੱਪਣੀ ਤਿਆਰ ਕੀਤੀ ਕਮੈਂਟਰੀ ਤਿਆਰ ਕੀਤੀ ਕਿਸ ਦੇ ਉੱਤੇ ਤ੍ਰਿਪਿਟਕਾ ਤ੍ਰਿਪਿਟਕਾ ਕਿਸਗੇ ਤਿੰਨ ਪਿਟਕ ਤਿੰਨ ਬਾਸਕਟ ਆਪਣੇ ਟੋਕਰੀਆਂ ਵਾਲੀ ਬਾਸਕਟ ਨੇ ਇਹ ਹੈ ਜੀ ਬੁੱਧ ਦੀਆਂ ਟੀਚਿੰਗਸ ਵਗੈਰਾ ਜਿਹੜੀਆਂ ਆਪਣੇ ਬੁੱਧ ਧਰਮ ਵਿੱਚ ਕਿਤਾਬਾਂ ਪਾਈਆਂ ਜਾਂਦੀਆਂ ਹਨ ਨਾ ਤਿੰਨ ਉਹਨਾਂ ਕਹਿੰਦੇ ਤ੍ਰਿਪਿਟਕਾ ਸੂਤਪਿਟਕਾ ਵਿਨੇਪਿਟਕਾ ਤੇ ਅਭਿਧਮ ਪਿਟਕਾ ਅਤੇ ਮਹਾਯਾਨ ਸਿਧਾਂਤ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ ਠੀਕ ਹੈ ਜੀ ਅਸ਼ਵਗੋਸ਼ ਅਸ਼ਵਗੋਸ਼ ਇੱਕ ਮਹਾਨ ਦਾਰਸ਼ਨਿਕ ਕਵੀ ਅਤੇ ਨਾਟਕਕਾਰ ਸੀ ਦਾਰਸ਼ਨਿਕ ਫਿਲਾਸਫਰ तो उसने किताब लिखी से बुद्ध चरिता बुद्ध चरिता प्रश्न आ जाना बुद्ध चरिता के लेखक कौन सी अशवघोष दक्षण भारत के नागर्जुन ने कनिष्क के दरबार में शृंगारिया नागर्जुन भी कनिष्क के दरबार में ये स्कॉलर हो गए जी सारे अशवघोष नागर्जुन है ना वासुमित्रा। प्राचीन भारत के प्रसिद्ध डाक्टर चरक की सरप्रस्ती भी कनिष्क ने की चरक चरक ਇਹ ਚੜਕ ਚਿਕਿਤਸਕ ਸੀ ਜੀ ਇਹ ਡਾਕਟਰ ਸੀ ਬਹੁਤ ਫੇਮਸ ਡਾਕਟਰ ਆ ਤੇ ਇੱਕ ਕਨਿਸ਼ਕ ਦੇ ਦਰਬਾਰ ਵਿੱਚ ਸੀ ਕਨਿਸ਼ਕ ਦੇ ਦਰਬਾਰ ਵਿੱਚ ਠੀਕ ਹੈ ਜੀ ਅੱਗੇ ਅਸੀਂ ਇਹਨਾਂ ਦੀ ਹੁਣ ਕਲਾ ਪੜ੍ਹਦੇ ਹਾਂ ਜੀ ਗੰਦਾਰ ਕਲਾ ਦੇਖੋ ਨਾਰਥ-ਵੈਸਟ ਇੰਡੀਆ ਵਿੱਚ ਹੁਣ ਅਫਗਾਨਿਸਤਾਨ ਸਾਈਡ ਸੇ ਕਨਿਸ਼ਕ ਕੁਸ਼ਾਨ ਅੰਪਾਇਰ ਕਾਫੀ ਵਿਕਸਿਤ ਸੀਗਾ ਤੇ ਹੁੰਦਾ ਕੀ ਆ ਕਿ ਇੱਕ ਏਰੀਏ ਵਿੱਚ ਜਿਹੜੀ ਕਲਾ ਵਿਕਸਿਤ ਹੁੰਦੀ ਆ ਨਾ ਅਸੀਂ ਉਹਨੂੰ ਉੱਥੋਂ ਦਾ ਸਕੂਲ ਕਹਿ ਦਿੰਦੇ ਆ ਜਿੱਦਾਂ ਹੁਣ ਗੰਦਾਰ ਏਰੀਏ ਵਿੱਚ ਜਿਹੜਾ ਕਲਾ ਵਿਕਸਿਤ ਹੋਈ ਉਹਨੂੰ ਅਸੀਂ ਗੰਦਾਰ ਸਕੂਲ ਆਫ ਆਰਟ ਕਹਿ ਦਿੰਦੇ ਹਾਂ ਮਥੁਰਾ ਸਾਈਡ ਜਿਹੜੀ ਕਲਾ ਵਿਕਸਿਤ ਹੋਈ ਉਹਨੂੰ ਅਸੀਂ ਮਥੁਰਾ ਸਕੂਲ ਆਫ ਆਰਟ ਕਹਿ ਦਿੰਦੇ ਹਾਂ ਇਸੇ ਤਰ੍ਹਾਂ ਦਾ ਸਾਰਨਾਥ ਲਾਗੇ ਵਿਕਸਿਤ ਹੋਈ ਉਹਨੂੰ ਅਸੀਂ ਸਾਰਨਾਥ ਸਕੂਲ ਆਫ ਆਰਟ ਕਹਿ ਦਿੰਦੇ ਹਾਂ ਵੀ ਇਹ ਇਹ ਇਸ ਇਲਾਕੇ ਦੀ ਕਲਾ ਆ ਉਹਨਾਂ ਦੇ ਮੋٹے-ਮੋٹے ਕਲਾ ਦੇ ਲੱਛਣ ਮਿਲਦੇ ਹੁੰਦੇ ਆ ਦੇਖਦੇ ਹਾਂ ਜੀ ਗੰਦਾਰ ਸਕੂਲ ਆਫ ਆਰਟ ਦਾ ਖੇਤਰ ਉੱਤਰ ਪੱਛਮੀ ਭਾਰਤ ਵਿੱਚ ਪਸ਼ਾਵਰ ਅਤੇ ਇਸਦੇ ਆਲੇ-ਦੁਆਲੇ ਦਾ ਇਲਾਕਾ ਹੈ ਪਸ਼ਾਵਰ ਦੇ ਆਲੇ-ਦੁਆਲੇ ਦਾ ਇਲਾਕਾ ਗੰਧਾਰ ਦੀ ਸਭ ਤੋਂ ਵਧੀਆ ਮੂਰਤੀਆਂ ਪਹਿਲੀ ਅਤੇ ਦੂਜੀ ਸਦੀ ਈਸਵੀ ਦੇ ਦੌਰਾਨ ਪੈਦਾ ਕੀਤੀਆਂ ਗਈਆਂ ਸਨ ਫਰਸਟ ਐਂਡ ਸੈਕੰਡ ਸੈਂਚਰੀ ਈਸਵੀ ਦੇ ਦੌਰਾਨ ਗੰਧਾਰ ਏਰੀਆ ਦੀਆਂ ਮੂਰਤੀਆਂ ਬਣਾਈਆਂ ਗਈਆਂ ਸਨ ਜੋ ਸਭ ਤੋਂ ਬੈਸਟ ਮੂਰਤੀਆਂ ਉਹ ਪਹਿਲੀ ਦੂਜੀ ਈਸਵੀ ਦੇ ਕਰੀਬ ਬਣਾਈਆਂ ਗਈਆਂ ਹੋਇਆ ਕੀ ਕੀ ਇੱਥੇ ਨਾ ਇੰਡੋ-ਯੁਨਾਨੀ ਸ਼ਾਸਕਾਂ ਦਾ ਰਾਜ ਸੀ ਇੰਡੋ-ਗ੍ਰੀਕੀ ਉਨ੍ਹਾਂ ਦੇ ਪ੍ਰਭਾਵ ਨਾਲ ਇੱਥੋਂ ਦਾ ਆਰਟ ਵਿਕਸਿਤ ਹੋਇਆ ਪਰ ਬਾਅਦ ਵਿੱਚ ਆਪਣੀ ਚਰਮ ਸੀਮਾ ਤੱਕ ਕੁਸ਼ਾਨ ਅੰਪਾਇਰ ਖਾਸ ਤੌਰ ਤੇ ਕਨਿਸ਼ਕ ਦੇ ਰਾਜ ਵਿੱਚ ਇਹ ਕਾਫੀ ਵਧਿਆ ਫਲਿਆ ਇਹ ਤੁਸੀਂ ਗੱਲ ਯਾਦ ਰੱਖਿਓ ਕਿ ਆਪਣੇ ਤਾਲੀਬਾਨ ਦਾ ਜਦੋਂ ਰੂਲ ਆਇਆ ਸੀ ਨਾ ਆ 1996-97 ਦੀ ਗੱਲ ਆ ਉਸ ਵੇਲੇ ਉਹਨਾਂ ਨੇ ਨਾ ਬੰਬ ਦੇ ਨਾਲ ਇਹ ਸਾਰੀਆਂ ਮੂਰਤੀਆਂ ਮਾਰਦੀਆਂ ਉਡਾਦੀਆਂ ਕਿਉਂਕਿ ਉਹਨਾਂ ਦੇ ਧਰਮ ਦੇ ਅਨੁਸਾਰ ਮੂਰਤੀ ਪੂਜਾ ਜਾਂ ਮੂਰਤੀਆਂ ਦੀ ਮਨਾਈ ਆ ਤੇ ਤਾਲੀਬਾਨੀਆਂ ਨੇ ਇਹ ਸਾਰੀਆਂ ਮੂਰਤੀਆਂ ਉਡਾਉਂਦੀਆਂ ਸੀ ਬੰਬ ਦੇ ਨਾਲ ਤੇ ਕੋਈ ਰੋਕ ਨਹੀਂ ਸੀ ਪਾਇਆ ਤੇ ਇੱਥੇ ਹੀ ਤਕਸ਼ਿਲਾਵਲਾ ਸਥਾਨ ਸਿਕਾ ਕਈ ਕਈ ਪੁਰਾਣੇ ਜਿਹੜੀਆਂ ਬੋਧ ਧਰਮ ਨਾਲ ਸੰਬੰਧਿਤ ਚੀਜ਼ਾਂ ਆ ਵੈਸੇ ਵੀ ਇੰਡੀਆ ਦੇ ਆਰਟ ਐਂਡ ਕਲਚਰ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਆ ਉਹ ਇਸ ਏਰੀਆ ਵਿੱਚ ਕੀ ਹੈ ਹੁਣ ਇਹਨੀਆਂ ਮਿਲਦੀਆਂ ਨਹੀਂ ਕਿਉਂਕਿ ਤਾਲਿਬਾਨ ਦੇ ਨੇ ਇਸ ਨੂੰ ਕਾਫੀ ਨੁਕਸਾਨ ਪਹੁੰਚਾਇਆ ਮੂਰਤੀਆਂ ਦਾ ਉਹਨਾਂ ਨੇ ਨਾ ਸ਼ਰੀਆਂ ਉਹਦੇ ਵੀਡੀਓ ਵੀ ਬਣਦੀਆਂ ਸੀ ਉਹਨਾਂ ਬੰਬ ਉਹ ਮਲਾ ਕੇ ਉਡਾਉਂਦੀਆਂ ਤੇ ਹੁਣ ਮੂਰਤੀਆਂ ਬਹੁਤ ਹੀ ਘੱਟ ਇੱਕੋ ਦੋ ਕੋਈ ਬਚੀਆਂ ਆ ਪਹਿਲਾਂ ਕਾਫੀ ਸਗੀਆਂ ਕਿਹੜੀਆਂ ਗੰਦਾਰ ਸਕੂਲ ਆਫ ਆਰਟ ਦੀਆਂ ਦੇਖੋ ਜੀ ਇਹ ਸਾਨੂੰ ਨਾ ਸਹਿਣਸ਼ੀਲਤਾ ਚਾਹੀਦੀ ਆ ਕਨਿਸ਼ਕ ਸੀਗਾ ਕਨਿਸ਼ਕ ਚਾਹੇ ਮੋਦੀ ਸੀ ਪਰ ਉਸਨੇ ਦੂਸਰੇ ਤਰ੍ਹਾਂ ਦਾ ਵੀ ਸਤਕਾਰ ਕੀਤਾ ਪਰ ਅੱਜ ਦੇ ਟਾਈਮ ਵਿੱਚ ਕੀ ਆ ਸਾਡੇ ਜੀ ਟੋਲਰੈਂਸ ਨਹੀਂ ਆ ਅਸੀਂ ਆਪਣੇ ਧਰਮ ਨੂੰ ਮਹਾਨ ਦੱਸਦੇ ਆ ਤੇ ਦੂਸਰੇ ਨੂੰ ਦੂਸਰੇ ਦੇ ਵਿਚਾਰ ਨਹੀਂ ਸਹਿਨੇ ਡਾਇਵਰਸਟੀ ਨੂੰ ਅਸੈਪਟ ਕਰਨਾ ਚਾਹੀਦਾ ਦ ਡਾਇਵਰਸਟੀ ਨੂੰ ਅੰਜੋਏ ਕਰਨਾ ਚਾਹੀਦਾ ਇੱਕਲਾ ਗੰਧਾਰ ਸਕੂਲ ਆਫ ਆਰਟ ਦੀ ਕਲਾ ਇੰਡੋ ਯੂਨਾਨੀ ਸ਼ਾਸਕਾਂ ਦੇ ਦੌਰਾਨ ਪੈਦਾ ਹੋਈ ਸੀ ਉਹਨਾਂ ਦੇ ਰਾਜ ਦੇ ਦੌਰਾਨ ਪੈਦਾ ਹੋਈ ਸੀ ਇੰਡੋ ਗ੍ਰੀਕੀ ਰੂਲਰਸ ਠੀਕ ਹੈ ਜੀ ਪਰ ਕਲਾ ਦੇ ਇਸ ਸਕੂਲ ਦੇ ਅਸਲ ਸਰਪ੍ਰਸਤ ਸ਼ਾਕ ਅਤੇ ਕੁਸ਼ਾਨਸਲ ਸ਼ਾਕਸ ਐਂਡ ਕੁਸ਼ਾਨਾਸ ਸ਼ਾਕ ਅਤੇ ਕੁਸ਼ਾਨਸਲ ਖਾਸ ਕਰਕੇ ਕਨਿਸ਼ਕ ਕਨਿਸ਼ਕ ਦੇ ਰਾਜ ਦੌਰਾਨ ਇਹ ਕਲਾ ਕਾਫੀ ਪਰਪੂਲਰਿਤ ਹੋਈ ਗੰਧਾਰ ਕਲਾ ਭਾਰਤੀ ਅਤੇ ਗ੍ਰੀਕੋ ਰੋਮਨ ਤੱਤਾਂ ਦਾ ਸੁਮੇਲ ਸੀ ਦੇਖੋ ਗ੍ਰੀਕ ਗ੍ਰੀਕ ਏਰੀਆ ਉੱਥੋਂ ਦੀ ਕਲਾ ਉਹ ਵੀ ਅੰਗੇ ਕਿੱਥੋਂ ਪ੍ਰਭਾਵਿਤ ਰੋਮਨ ਰੋਮਨ ਅੰਪਾਇਰ ਠੀਕ ਤੇ ਭਾਰਤੀ ਭਾਰਤੀ ਤੱਤ ਵੀ ਇਹਦੇ ਵਿੱਚ ਆਏ ਆਬਵੀਅਸ ਆ ਭਾਰਤੀ ਧਰਤੀ ਨਾਲ ਤੇ ਭਾਰਤ ਦੇ ਤੱਤ ਤਾਂ ਆਣਗੇ ਹੀ ਇਸ ਕਲਾ ਵਿੱਚ ਤਾਂ ਇਸ ਵਿੱਚ ਗ੍ਰੀਕ ਦੇ ਤੱਤ ਵੀ ਸੀਗੇ ਗ੍ਰੀਸ ਦੇ ਯੁਨਾਨੀ ਤੇ ਰੋਮਨ ਰੋਮ ਦੇ ਤੱਤ ਵੀ ਸੀਗੇ ਇਹ ਪ੍ਰਸ਼ਨ ਨਾ ਯੂਪੀਐਸਸੀ ਮੇन्स ਵਿੱਚ ਪੁੱਛਿਆ ਗਿਆ ਆ ਕਿ ਗੰਦਾਰ ਕਲਾ ਭਾਰਤੀ ਅਤੇ ਗ੍ਰੀਕੋ ਰੋਮਨ ਤੱਤਾਂ ਦਾ ਸੁਮੇਲ ਸੀ ਚੰਨਣਾ ਪਾਓ ਉਸ ਵੇਲੇ ਤੁਹਾਡੇ ਮਾਈਂਡ ਵਿੱਚ ਨਾ ਮੈਟਰ ਹੋਣਾ ਚਾਹੀਦਾ ਆ ਥੋੜਾ ਥੋੜਾ ਬਹੁਤ ਜਿੰਨਾ ਵੀ ਆ ਤਾਂ ਕਿ ਤੁਸੀਂ ਦੋ ਕੁ ਪੇਜ ਲਿਖ ਦੋ ਥੋੜਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਭਾਰਤੀ ਐਲੀਮੈਂਟ ਤਾਂ ਹੋ ਗਏ ਜਿਦਾ ਯੋਗ ਆਸਨ ਕਰਤੇ ਵਗੈਰਾ ਹਨਾ ਇਸ ਤਰ੍ਹਾਂ ਦੀਆਂ ਕੁਝ ਮੂਰਤੀਆਂ ਕਿਉਂਕਿ ਯੋਗਾ ਭਾਰਤ ਦਾ ਅੰਜਾਨਾ ਭਾਰਤ ਤੋਂ ਉਤਪਨ ਹੋਇਆ ਗ੍ਰੀਸ ਜਿਹੜੀ ਗ੍ਰੀਸ ਦੇ ਦੇਵ ਅਤੇ ਦੇਵਤੇ ਸੀ ਨਾ ਉਹਨਾਂ ਦੇ ਤਰੀਕੇ ਤੇ ਹੀ ਹੁਣ ਬੁੱਧ ਦੀਆਂ ਮੂਰਤੀਆਂ ਬਣਾਈਆਂ ਜਾਣ ਲੱਗੀਆਂ ਠੀਕ ਗ੍ਰੀਸ ਦਾ ਕਾਫੀ ਪ੍ਰਭਾਵ ਸੀ ਇਹਨਾਂ ਦੇ ਪਹਿਲਾਂ ਜਿੱਦਾਂ ਚਿਹਰਾ ਸੀ ਉਹਦੇ ਮੁਕਾਬਲੇ ਹੁਣ ਕੀ ਆ ਥੋੜਾ ਐਕਸਪ੍ਰੈਸ਼ਨਲੈਸ ਵੀ ਸੀ ਇਹੀਆਂ ਗੱਲਾਂ ਮੀਨ ਥੋੜਾ ਸੀਰੀਅਸ ਵਾਲਾ ਚਿਹਰਾ ਵੀ ਸੀ ਤੇ ਕਿਤੇ ਕਿਤੇ ਮੂਛਾਂ ਵੀ ਮਿਲਦੀਆਂ ਸੀ। ਬਾਲ ਹਰ ਜਗ੍ਹਾ ਖੁੱਲੇ, ਬੰਦ ਨਹੀਂ, ਜੂڑا ਕੀਤੇ ਹੋਏ ਨਹੀਂ, ਕਿਤੇ ਕਿਤੇ ਖੁੱਲੇ ਵੀ ਸੀ। ਇਹ ਸਾਰੀ ਗੱਲਾਂ ਕਿੱਥੋਂ ਆਈਆਂ? ਗ੍ਰੀਸ ਤੋਂ, ਯੂਨਾਨੀਆਂ ਤੋਂ। ਤੇ ਬਾਲ ਕਰਲੀ ਸੀ। ਤੇ ਸਰੀਰ ਦੇ ਉੱਤੇ ਮੋਟਾ ਕੱਪੜਾ ਡ੍ਰੈਪਰੀ ਉਹ ਸੀ। ਇਥੋਂ ਰੋਮਨ ਦਾ ਕੀ ਤਤ ਹੋਗਾ ਜੀ? ਰੋਮਨ ਨਾ ਨਾ ਤੁਸੀਂ ਯਾਦ ਰੱਖਿਓ ਕਿ ਜਿਹੜਾ ਆਪਾਂ ਕੋਈ ਵੀ ਧਾਰਮਿਕ ਸਥਾਨ ਤੇ ਗੁੰਬਦ ਵਗੈਰਾ ਬਣਾਉਂਦੇ ਆ ਨਾ ਸਾਨੂੰ ਲੱਗਦਾ ਕਿ ਇਹ ਮੁਸਲਮਾਨਾਂ ਨੇ ਦੇਣਾ ਪਰ ਮੁਸਲਮਨ ਤੋਂ ਵੀ ਅੱਗੇ ਇਸਲਾਮਿਕ ਤੋਂ ਵੀ ਅੱਗੇ ਇਹ ਰੋਮਨ ਕਲਚਰ ਦੀ ਦੇਣਾ ਰੋਮਨ ਤੋਂ ਇਸਲਾਮਿਕ ਵਰਲਡ ਵਿੱਚ ਆਇਆ ਇਸਲਾਮਿਕ ਦੇਸ਼ਾਂ ਵਿੱਚ ਆਇਆ ਕਲਚਰ ਇਹ ਡੋਮ ਜਿਦਾ ਸਾਡੇ ਗੁਰਦੁਆਰੇ ਦਾ ਡੋਮ ਹੁੰਦਾ ਨਾ ਉੱਤੇ ਗੁਬੰਦ ਹੁੰਦਾ ਉਹ ਤਾਂ ਫਿਰ ਉਹਦੀ ਪ੍ਰਭਾਵਸਦਕਾ ਬਾਅਦ ਵਿੱਚ ਭਾਰਤ ਵਿੱਚ ਵੀ ਆਇਆ ਡੋਮ ਬਣਾਉਣੇ ਇਸ ਨਾਲ ਤੁਹਾਨੂੰ ਕੁਝ-ਕੁਝ ਗੱਲਾਂ ਯਾਦ ਹੋਣੀਆਂ ਚਾਹੀਦੀਆਂ ਇੱਥੇ ਅਸੀਂ ਉੱਤੇ-ਉੱਤੇ ਗੱਲਾਂ ਕੀਤੀਆਂ ਅੱਗੇ ਜਾ ਕੇ ਇਹ ਡੀਪ ਗੱਲਾਂ ਵੀ ਆਣਗੀਆਂ ਗੰਧਾਰ ਦੀ ਮੂਰਤੀ ਦੇ ਨਮੂਨੇ ਤਕਸਲਾ ਪਸ਼ਾਵਰ ਅਤੇ ਉੱਤਰ ਪੱਛਮੀ ਭਾਰਤ ਦੇ ਕਈ ਸਥਾਨਾਂ ਤੋਂ ਮਿਲੇ ਹਨ ਮੈਂ ਦੱਸਿਆ ਮਿਲੇ ਹਨ ਕਈ ਮੂਰਤੀਆਂ ਸਿਗੀਆਂ ਇਹ ਸਾਰੇ ਅਫਗਾਨਿਸਤਾਨ ਸਾਈਡ ਦੇ ਏਰੀਆ ਹੈ ਜੀ ਹੁਣ ਕਾਫੀ ਇਹ ਨਸ਼ਟ ਕਰ ਦਿੱਤੀਆਂ ਗਈਆਂ ਗੰਦਾਰ ਸਕੂਲ ਨੇ ਵੱਖ-ਵੱਖ ਆਕਾਰ ਦੀਆਂ ਬੁੱਧ ਦੀਆਂ ਮੂਰਤੀਆਂ ਬਣਾਈਆਂ ਹਨ ਕਈ ਕਈ ਆਕਾਰਾਂ ਦੀਆਂ ਕਈ ਪੋਸਚਰ ਦੀਆਂ ਕਈ ਸ਼ੇਪ ਦੀਆਂ ਮੂਰਤੀਆਂ ਬਣਾਈਆਂ ਪੱਥਰ ਤੇ ਅੰਕੁਲਿਤ ਦ੍ਰਿਸ਼ਾਂ ਵਿੱਚ ਬੁੱਧ ਦੇ ਜਨਮ ਉਸ ਦੇ ਘਰ ਦਾ ਤਿਆਗ ਕਰਨਾ ਅਤੇ ਉਸ ਦਾ ਧਰਮ ਨੂੰ ਪ੍ਰਚਾਰਨਾ ਉਸ ਦੇ ਵਿਚਾਰਾਂ ਨੂੰ ਪ੍ਰਚਾਰਨਾ ਦਰਸਾਇਆ ਗਿਆ ਹੈ। ਪੱਥਰ ਤੇ ਕਿਹੜੇ ਕਿਹੜੇ ਦੇਸ਼ ਅੰਕੁਰੇਤਾ ਆਵਲੇ ਜੀ ਠੀਕ ਹੈ ਜੀ ਉਸ ਦਾ ਜਨਮ ਉਸ ਦੇ ਘਰ ਦਾ ਤਿਆਗ ਉਸ ਦੇ ਦੁਆਰਾ ਪ੍ਰਸਾਰ ਪ੍ਰਚਾਰ ਇਸ ਨੂੰ ਦਰਸਾਇਆ ਗਿਆ ਹੈ। ਇਹ ਇੱਕ ਇੱਕ ਲਾਈਨਾਂ ਇੰਪੋਰਟੈਂਟ ਆ ਜੀ ਇਹਨਾਂ ਤੇ ਪ੍ਰਸ਼ਨ ਆ ਜਾਂਦੇ ਆ। ਹੁਣ ਪੜ੍ਹ ਲੈਂਦੇ ਜੀ ਗੰਦਾਰ ਕਲਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕਿਹੜੇ-ਕਿਹੜੀਆਂ ਵਿਸ਼ੇਸ਼ਤਾਵਾਂ ਸੀ ਗੰਦਾਰ ਆਰਟੀਆਂ ਮੁਸ਼ੇਹਤਾ ਮੀਚਰਸ ਗੰਦਾਰ ਕਲਾ ਵਿੱਚ ਬੁੱਧ ਦੀ ਪਤਨੀ ਨਿਰਦੇਦਾ ਸੀ ਮੇਨ ਮੂਰਤੀਆਂ ਬੁੱਧ ਦੀਆਂ ਮਿਲੀਆਂ ਬੁੱਧ ਦੀ ਮੂਰਤੀਆਂ ਵਿੱਚ ਛੋਟੀ ਛੋਟੀ ਡਿਟੇਲ ਜਾਂ ਜਾਣਕਾਰੀ ਦਾ ਖਾਸ ਧਿਆਨ ਰੱਖਿਆ ਗਿਆ ਸੀ ਜਿਵੇਂ ਉਸ ਦੀਆਂ ਬਾਡੀ ਦੀਆਂ ਮਾਸਪੇਸ਼ੀਆਂ ਮੁੱਛਾਂ ਅਤੇ ਕੁੰਗਰਾਲੇ ਵਾਲਾਂ ਵਾਲ ਕੁੰਗਰਾਲੇ ਇਹਨਾਂ ਵਰਗੀਆਂ ਸਰੀਰਕ ਵਿਸ਼ੇਸ਼ਤਾਵਾਂ ਫੀਚਰਸ ਵਿਸ਼ੇਸ਼ਤਾਵਾਂ ਤੇ ਖਾਸ ਧਿਆਨ ਰੱਖਿਆ ਗਿਆ ਸੀ ਇਹ ਗੱਲਾਂ ਯਾਦ ਰੱਖਣੀਆਂ ਤੁਸੀਂ ਇਸ ਤਰ੍ਹਾਂ ਮੂਰਤੀਆਂ ਨੂੰ ਜਿਆਦਾ ਯਥਾਰਤਵਾਦੀ ਬਣਾਇਆ ਗਿਆ ਸੀ ਯਥਾਰਤਵਾਦੀ ਮਤਲਬ ਰੀਅਲਿਸਟਿਕ ਜਿਸ ਤਰ੍ਹਾਂ ਅਸਲੀ ਵਿੱਚ ਬਾਡੀ ਹੁੰਦੀ ਆ ਉਸ ਤਰ੍ਹਾਂ ਵਿੱਚ ਬਾਡੀ ਬਣਾਈ ਗਈ ਸੀ ਮਾਸਪੇਸ਼ੀਆਂ ਦਾ ਧਿਆਨ ਰੱਖਿਆ ਗਿਆ ਮੁੱਛਾਂ ਵੀ ਬਣਾਈਆਂ ਗਈਆਂ ਵਾਲ ਕਿਸ ਤਰ੍ਹਾਂ ਦੇ ਆ ਮੈਂ ਦੱਸਿਆ ਵਾਲ ਖੁੱਲੇ ਵੀ ਸੀ ਕਈ ਮੂਰਤੀਆਂ ਵਿੱਚ ਹਨਾ ਕੰਗਰਾਲੇ ਵਾਲ ਸੀ ਇਹ ਗੱਲਾਂ ਵੱਡੀਆਂ ਅਤੇ ਮੋਟੀਆਂ मोटिया 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 फोल्ड लाइना फोल्ड लाइना वाला तन टकन वाला कपड़ा भी मूर्तियों सेगा जिन्हों ड्रॉपरी फोटो देख ली है जी आखो आुद्धा की मूर्ति है तो इन बॉडी के उ कपड़ा मोटा जहा कपड़ा भी बनाया गया है जी मूर्ति से आना उ फोल्ड लाइना आठ ठीक यू क्रॉपरी ਠੀਕ ਹੈ एग्जाम ਵਿੱਚ ਤੁਹਾਨੂੰ ਫੋਲਡ ਦਾ ਪੰਜਾਬੀ ਵਿੱਚ ਮਤਲਬ ਨਹੀਂ ਨਾ ਪਤਾ ਲੱਗਾ ਤਾਂ ਤੁਸੀਂ ਫੋਲਡ ਹੀ ਲਿਖ ਕੇ ਆ ਜਾਣਾ ਆ ਪਰ ਲਿਖ ਕੇ ਜ਼ਰੂਰ ਆਉਣਾ ਆ ਠੀਕ ਆ ਉਹਨਾਂ ਚਿਹਰੇ ਦੇ ਫੇਸ ਦੇ ਪਿੱਛੇ ਜਿਹੜਾ ਹੈਲੋ ਆ ਹਨਾ ਇਹ ਇਹ ਵੀ ਥੋੜਾ ਵੱਡਾ ਜਾਇਆ ਓਕੇ ਵਧੀਆ ਨਕਾਸ਼ੀ ਕੀਤੀ ਗਈ ਸੀ ਪਿਕਚਰ ਵਗੈਰਾ ਬਣਾਏ ਗਏ ਵਿਸਤ੍ਰਿਤ ਸਜਾਵਟ ਕੀਤੀ ਗਈ ਸੀ ਔਰਨਾਮੈਂਟੇਸ਼ਨ ਸਜਾਵਟ ਵੀ ਬਹੁਤ ਵਧੀਆ ਕੀਤੀ ਡਿਟੇਲ ਵਿੱਚ ਅਤੇ ਪ੍ਰੀ ਪ੍ਰਤੀਕਾਤਮਕ ਹਾਪਾਪ ਪ੍ਰਤੀਕਾਤਮਕ ਵਿਚਾਰੇ ਦੇ ਹਾਪਾਪ ਇਸ ਤਰ੍ਹਾਂ ਦੇ ਵੀ ਉਹਦਾ ਕੁਛ ਨਾ ਕੁਛ ਮਤਲਬ ਨਿਕਲਦਾ ਕੁਛ ਨਾ ਕੁਛ ਪ੍ਰਤੀਕ ਨੂੰ ਉਹ ਦਰਸਾਉਂਦੇ ਸੀ ਮੁੱਖ ਵਿਸ਼ਾ ਬੁੱਧ ਤਰਮ ਦਾ ਮਹਾਯਾਨ ਵਾਲਾ ਨਵਾਰੂਪ ਸੀ ਮਹਾਯਾਨ ਕਿਉਂਕਿ ਮਹਾਯਾਨ ਤਰਮ ਹੋਂਦ ਵਿੱਚ ਆਇਆ ਸੀ ਤਾਂ ਮੇਨ ਟਾਪਿਕ ਵੀ ਮਹਾਯਾਨ ਉਤੇ ਹੀ ਫੋਕਸ ਸੀ ਤੇ ਹੋਰ ਬੁੱਧ ਦੀ ਤਸਵੀਰ ਦਾ ਵਿਕਾਸ ਸੀ ਹੁਣ ਉਸ ਦੀ ਤਸਵੀਰ ਦਿਸਣ ਲੱਗੀ ਸੀ ਬੜਨ ਲੱਗ ਗਈ ਸੀ ਵਿਕਾਸ ਹੋ ਗਿਆ ਸੀ ਬੁੱਧ ਦੀ ਤਸਵੀਰ ਦਾ ਇਸ ਤੋਂ ਪਹਿਲਾਂ ਇੰਨੀ ਕੋਈ ਤਸਵੀਰਾਂ ਤਸੋਲਾ ਨਹੀਂ ਮਿਲਦੀਆਂ ਸੀਗੀਆਂ ਕਿਉਂਕਿ ਹੀਨਯਾਨ ਧਰਮ ਸੀ ਤੇ ਬੁੱਧ ਦੇ ਰੈਲਿਕਸ ਸੀ ਜਿਹੜੇ ਜਦੋਂ ਉਹਨਾਂ ਦੇ ਨਾਲ ਸੰਬੰਧਿਤ ਚੀਜ਼ਾਂ ਉਹਨਾਂ ਉੱਤੇ ਸਤੂਪ ਵਗੈਰਾ ਤਾਂ ਬਣ ਜਾਂਦੇ ਸੀ ਪਰ ਬੁੱਧ ਦੀਆਂ ਮੂਰਤੀਆਂ ਨਹੀਂ ਸੀ ਮਿਲਦੀਆਂ ਕਿਉਂਕਿ ਹੁਣ ਮਹਾਯਾਨ ਬੁੱਧਿਧਮ ਆ ਗਿਆ ਸੀ ਹੋਂਦ ਵਿੱਚ ਇਸ ਵਿੱਚ ਮੂਰਤੀ ਪੂਜਾ ਉਹ ਕਰਦੇ ਸੀ ਰਿਸਪੈਕਟ ਦਿੰਦੇ ਸੀ ਪੂਜਾ ਆਰਚਨਾ ਕਰਦੇ ਸੀ ਤੇ ਹੁਣ ਮੂਰਤੀਆਂ ਵੀ ਬਣਨ ਲੱਗ ਗਈਆਂ ਠੀਕ ਹੈ ਜੀ ਪਹਿਲੀ ਸਦੀ ਤੋਂ ਲੈ ਕੇ 4ਵੀਂ ਸਦੀ ਤੱਕ 4ਵੀਂ ਸਦੀ ਈਸਵੀ ਤੱਕ ਵੱਡੀ ਗਿਣਤੀ ਵਿੱਚ ਮੱਠ ਵੀ ਬਣਾਏ ਗਏ ਸੀ ਮੱਠ ਠੀਕ ਹੈ ਨਾ ਮੱਠ ਤਾਂ ਇੱਕ तरह ਦਾ ਮੱਠ ਹੁੰਦਾ ਨਾ ਉਸ ਹਿਸਾਬ ਨਾਲ ਮੱਠ ਬਣਾਏ ਗਏ ਇਸ ਸਮੇਂ ਦੌਰਾਨ ਬਣਾਏ ਗਏ ਬਹੁਤੀ ਸਤੂਪਾਂ ਦਾ ਗ੍ਰੀਕੋ ਰੋਮਨ ਆਰਕੀਟੈਕਚਰ ਦਾ ਪ੍ਰਭਾਵ ਸੀ ਗ੍ਰੀਸ ਤੇ ਰੋਮਨ ਜੋ ਪਵਨ ਨਿਰਮਾਣ ਕਲਾਵਾਂ ਸੀ ਉਹਦਾ ਕਾਫੀ ਪ੍ਰਭਾਵ ਸੀ ਮੱਠ ਸਮਝਦੇ ਹੋ ਨਾ ਜਿੱਥੇ ਸੰਨਿਆਸੀ ਵਗੈਰਾ ਬੋਧੀ ਬਿਖਸ਼ੂ ਵਗੈਰਾ ਹਨਾ ਆਪਣਾ ਧਰਮ ਦਾ ਪ੍ਰਚਾਰ ਕਰਦੇ ਆ ਡੇੜਾ ਲਾਉਂਦੇ ਆ ਮੱਠ ਸਤੂਪ ਦੀ ਉਚਾਈ ਵਧਾਈ ਗਈ ਸੀ ਪਹਿਲਾਂ ਜਿਹੜੇ ਸਤੂਪ ਵਗੜਾ ਬਣਾਏ ਗਏ ਸੀ ਉਹ ਛੋਟੇ ਸੀ ਹੁਣ ਕੀ ਆ ਉਹਨਾਂ ਦੀ ਹਾਈਟ ਵੀ ਵਧਾਤੀ ਸਾਈਜ਼ ਵੀ ਵਧਾਤਾ ਤੇ ਉੱਥੇ ਵੀ ਡੈਕੋਰੇਸ਼ਨਾਂ ਹੋਣ ਲੱਗ ਗਈਆਂ ਅਤੇ ਸਤੂਪ ਦੀ ਬਣਤਰ ਵਿੱਚ ਸਜਾਵਟ ਸ਼ਾਮਿਲ ਕੀਤੀ ਗਈ ਸੀ ਹੁਣ ਸਜਾਵਟਾਂ ਵੀ ਹੋਣ ਲੱਗ ਗਈਆਂ ਠੀਕ ਇਹਨਾਂ ਤਬਦੀਲੀਆਂ ਨੇ ਸਤੂਪਾਂ ਨੂੰ ਹੋਰ ਆਕਰਸ਼ਣ ਬਣਾ ਦਿੱਤਾ ਸੀ ਹੁਣ ਇਹ ਮੋੜ ਮੋੜ ਅਕਾ ਅਟਰੈਕਟਿਵ ਲੱਗਣ ਲੱਗੇ ਸੀ ਦੇਖਣ ਨੂੰ ਸੋਹਣੇ ਲੱਗਣ ਲੱਗੇ ਸੀ ਪਹਿਲਾਂ ਕੀ ਸੀ ਇਸ ਤਰ੍ਹਾਂ ਹੀ ਮਿੱਟੀ ਦਾ ਉੱਤੇ ਗੋਬੰਦ ਜਿਆ ਸੀ ਹੁਣ ਕੀ ਇਹ ਡੈਕੋਰੇਸ਼ਨ ਵਧਾਤੀ ਉਹਦੀ ਉਚਾਈ ਵਧਾਤੀ ਠੀਕ ਹੈ ਜੀ ਹੁਣ ਅਗਲਾ ਪੜਦੇ ਜੀ ਮथुरा ਸਕੂਲ ਆਫ ਆਰਟ ਮੈਂ ਦੱਸਿਆ ਕਿ ਜਿਸ ਤਰ੍ਹਾਂ ਇੱਕ ਗੰਦਾਰ ਸਕੂਲ ਆਫ ਆਰਟ ਸੀ ਉਸੇ ਹਿਸਾਬ ਨਾਲ ਇੱਕ ਹੁਣ ਇੱਧਰ ਕੀ ਆ ਮथुरा ਸਾਈਡ ਵਿੱਚ ਮथुरा ਸਕੂਲ ਸਾਈਡ ਵਿੱਚ ਵੀ ਜੋ ਮੂਰਤੀਆਂ ਵਗੈਰਾ ਜਾਂ ਕਲਾਕ੍ਰਿਤੀਆਂ ਬਣੀਆਂ ਉਹਨਾਂ ਦੀ ਆਪਣੀ ਵਿਸ਼ੇਸ਼ਤਾ ਸੀ ਉਹਦੇ ਬਾਰੇ ਪੜ੍ਹ ਲੈਂਦੇ ਆ ਇਹ ਅਸੀਂ ਥੋੜਾ ਨਾ ਐਨਸੀਆਰਟੀ ਵਿੱਚ ਹੋਰ ਡਿਟੇਲਾਂ 'ਚ ਪੜ੍ਹਾਂਗੇ ਉੱਥੇ ਫੋਟੋਆਂ ਜਾਦੇ ਆ ਇੱਥੇ ਅਸੀਂ ਉਤੋਂ-ਉਤੋਂ ਪੜ੍ਹ ਲੈਂਦੇ ਆ ਆਧੁਨਿਕ ਉੱਤਰ ਪ੍ਰਦੇਸ਼ ਦੇ ਮਥੁਰਾ ਵਿਖੇ ਵਿਕਸਿਤ ਕਲਾ ਦੇ ਸਕੂਲ ਨੂੰ ਮਥੁਰਾ ਕਲਾ ਕਿਹਾ ਜਾਂਦਾ ਹੈ ਇਹ ਪਹਿਲੀ ਸਦੀ ਏਡੀ ਵਿੱਚ ਵਧਿਆ ਫੁੱਲਿਆ ਇਹ ਵੀ ਇਹ ਵੀ ਇੰਟਰਸਟਿੰਗ ਪੁਆਇੰਟ ਆ ਇਹ ਜਿਹੜੇ ਸਕੂਲ ਆਫ ਹੈਨਾ ਆਰਟ ਆ ਇਹ ਪਹਿਲੀ ਸਦੀ ਦੇ ਆਸ-ਪਾਸ ਦੀਆਂ ਗੱਲਾਂ ਜਾਂਦੇ ਆ ਆਪਣੇ ਸ਼ੁਰੂਆਤੀ ਪੜਾਅ ਵਿੱਚ ਮਤਰਾਸ ਸਕੂਲ ਆਫ ਆਰਟ ਸਭਦੇਸ਼ੀ ਲੀਹਾ ਤੇ ਵਿਕਸਿਤ ਹੋਇਆ ਕਿਉਂਕਿ ਨਾਰਥ-ਵੈਸਟ ਗੰਦਾਰ afghanistan ਉਹ ਅੱਗੇ ਲੱਗਦਾ ਸੀ ਬੈਕਟਰੀਆ ਜਾਂ ਹੋਰ ਪਾਰਥੀਆ ਇਹਨਾਂ ਸਾਰੇ ਏਰੀਆ ਦੇ ਨਾਲ ਤੇ ਉੱਥੇ ਯੂਨਾਨੀ ਪ੍ਰਭਾਵ ਸੀਗਾ ਪਰ ਇਹ ਕਿੱਥੇ ਹੁਣ ਇੰਡੀਆ ਦੇ ਸੈਂਟਰ ਵਿੱਚ ਆ ਸੈਂਟਰ ਤੋਂ ਵੀ ਥੋੜਾ ਪੂਰਬ ਵਾਲੇ ਪਾਸੇ ਆ ਗਈ ਗੱਲ ਹੈ ਨਾ ਤਾਂ ਇੱਥੇ ਕਿੱਥੇ ਸਾਡੇ ਆਪਣੇ ਭਾਰਤ ਦਾ ਪ੍ਰਭਾਵ ਜ਼ਿਆਦਾ ਸੀ ਸਭਦੇਸ਼ੀ ਲੀਹਾ ਤੇ ਪਹਿਲਾਂ-ਪਹਿਲਾਂ ਇਹ ਜ਼ਿਆਦਾ ਵਿਕਸਿਤ ਹੋਇਆ ਇਸ ਵਿੱਚ ਯੂਨਾਨੀਆਂ ਦਾ ਪ੍ਰਭਾਵ ਉਹਨਾਂ ਨੇ ਨਹੀਂ ਸੀ ਬੁੱਧ ਦੀਆਂ ਮੂਰਤੀਆਂ ਉਸ ਦੇ ਚਿਹਰੇ ਤੇ ਅਧਿਆਤਮਿਕ ਭਾਵਨਾ ਨੂੰ ਪ੍ਰਦਰਸ਼ਿਤ ਕਰਦੀਆਂ ਹਨ ਇਹ ਹੈ ਮੇਨ ਪੁਆਇੰਟ ਚਿਹਰੇ ਤੇ ਅਧਿਆਤਮਿਕ ਭਾਵ ਸੀ ਮੂਰਤੀਆਂ ਤੇ ਜੋ ਕਿ ਗੰਦਾਰ ਸਕੂਲ ਵਿੱਚ ਜ਼ਿਆਦਾਤਰ ਗੈਰਹਾਜ਼ਰ ਸੀ ਗੰਦਾਰ ਵਿੱਚ ਕੀ ਆ ਚਿਹਰੇ ਤੇ ਇੰਨੇ ਐਕਸਪ੍ਰੈਸ਼ਨ ਨਹੀਂ ਸੀ ਮਤਰਾ ਸਕੂਲ ਆਫ ਹਾਰਟ ਵਿੱਚ ਮੂਰਤੀਆਂ ਤੇ ਚਿਹਰੇ ਦੇ ਐਕਸਪ੍ਰੈਸ਼ਨ ਚਿਹਰੇ ਤੇ ਭਾਵਨਾ ਅਧਿਆਤਮਿਕ ਭਾਵਨਾ ਖਾਸ ਤੌਰ ਤੇ ਉਹ ਜ਼ਿਆਦਾ ਪ੍ਰਦਰਸ਼ਿਤ ਕੀਤੀ ਗਈ ਠੀਕ ਮथुरा ਸਕੂਲ ਨੇ ਸ਼ਿਵ ਅਤੇ ਵਿਸ਼ਨੂੰ ਦੇ ਨਾਲ ਉਹਨਾਂ ਦੀਆਂ ਪਤਨੀਆਂ ਪਾਰਵਤੀ ਅਤੇ ਲਕਸ਼ਮੀ ਦੇ ਚਿੱਤਰ ਵੀ ਬਣਾਏ ਹਨ ਇਹ ਵੀ ਇੰਟਰਸਟਿੰਗ ਪੁਆਇੰਟ ਆ ਗੰਦਾਰ ਸਕੂਲ ਆਫ ਆਰਟ ਵਿੱਚ ਜ਼ਿਆਦਾਤਰ ਬੁੱਧ ਦੀਆਂ ਮੂਰਤੀਆਂ ਬਣੀਆਂ ਜਾਂ ਯੂਨਾਨੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਪ੍ਰਭਾਵ ਸਦਕਾ ਬੁੱਧ ਦੀਆਂ ਮੂਰਤੀਆਂ ਬਣੀਆਂ ਕੁਝ ਕੁ ਯੂਨਾਨੀ ਦੇਵੀ ਦੇਵਤੇ ਵੀ ਰਹੇ ਹੋਣਗੇ ਪਰ ਮਥੁਰਾ ਵਿੱਚ ਭਾਰਤ ਦਾ ਪ੍ਰਭਾਵ ਜ਼ਿਆਦਾ ਸੀ ਤਾਂ ਇੱਥੇ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਮਿਲੀਆਂ ਸ਼ਿਵ ਤੇ ਵਿਸ਼ਨੂੰ ਇਹਨਾਂ ਦੇ ਨਾਲ ਨਾਲ ਉਹਨਾਂ ਦੀਆਂ ਪਤਨੀਆਂ ਪਾਰਵਤੀ ਤੇ ਲਕਸ਼ਮੀ ਦੇ ਚਿੱਤਰ ਵੀ ਮਿਲੇ ਠੀਕ ਮਤਰ ਸਕੂਲ ਦੀਆਂ ਜਕਸ਼ਣੀਆਂ ਜਖ ਹੁਣ ਤੋਂ ਪਹਿਲਾਂ ਸਮੇਂ ਲਈ ਜਖਸ਼ ਕੀ ਹੁੰਦਾ ਜਖਸ਼ ਜਖਸ਼ ਤੇ ਜਖਣੀਆਂ ਜਖਸ਼ ਹੋ ਗਿਆ ਮੇਲ ਤੇ ਜਖਸ਼ਣੀਆਂ ਹੋ ਗਿਆ ਫੀਮੇਲ ਇਹ ਹੁੰਦੇ ਜੀ ਪੋਜ਼ਿਟਿਵ ਡੈਮਨ ਮਤਲਬ ਕਿ ਇਹ ਇਹਨਾਂ ਕੋ ਪਾਵਰਾ ਹੁੰਦੀਆਂ ਸ਼ਕਤੀਆਂ ਹੁੰਦੀਆਂ ਪਰ ਇਹ ਬੁਰੇ ਨਹੀਂ ਹੁੰਦੇ ਯਸਤਰਾ ਕਹਿੰਦੇ ਨੇ ਕਿ ਪੰਜ ਪਾਣਵਾ ਨੂੰ ਪਿਆਸ ਲੱਗੀ ਤੇ ਉਹ ਪਾਣੀ ਲੈਣ ਗਏ ਪਹਿਲਾ ਇੱਕ ਜਾਂਦਾ ਤੇ ਅੱਗੇ ਜਕਸ਼ ਪ੍ਰਗਟ ਹੋ ਗਿਆ ਜਕਸ਼ ਪ੍ਰਗਟ ਹੋ ਗਿਆ ਉਹ ਜਕਸ਼ ਕੀ ਆ ਉਸ ਨਦੀ ਦਾ ਉਸ ਪਾਣੀ ਦਾ ਰਖਵਾਲਾ ਸੀ ਤੇ ਉਹ ਉਹ ਕੀ ਆ ਇੱਕ ਸ਼ਕਤੀਸ਼ਾਲੀ ਬੰਦਾ ਆ ਉਹ ਕਿਸੇ ਨੂੰ ਵੀ ਮੁਰਸ਼ਿਦ ਕਰ ਸਕਦੇ ਆ ਇਹਨਾਂ ਕੋਲ ਪਾਵਰਸ ਆ ਹੁੰਦੀਆਂ ਤਾਕਤਾਂ ਹੁੰਦੀਆਂ ਤੇ ਆਮ ਇਨਸਾਨ ਨਾਲੋਂ ਜ਼ਿਆਦਾ ਤਾਕਤਾਂ ਹੁੰਦੀਆਂ ਬਿਲਕੁਲ ਦੇਵੀ-ਦੇਵਤੇ ਨਹੀਂ ਹੁੰਦੇ ਦੇਵੀ-ਦੇਵਤਿਆਂ ਕੋਲ ਬਹੁਤ ਜ਼ਿਆਦਾ ਤਾਕਤਾਂ ਹੁੰਦੀਆਂ ਜਕਸ਼ ਕੋਲ ਦੇਵੀ ਦੇਵਤਾਂ ਨਾਲੋਂ ਘੱਟ ਤੇ ਆਮ ਇਨਸਾਨ ਨਾਲੋਂ ਜ਼ਿਆਦਾ ਤਾਕਤਾਂ ਹੁੰਦੀਆਂ। ਅਤੇ ਅਪਸਰਾ ਜਕਸ਼ੀਣੀਆਂ ਅਤੇ ਅਪਸਰਾਆਂ ਦੀਆਂ ਮਾਦਾ ਮੂਰਤੀਆਂ ਇਹਨਾਂ ਨੂੰ ਬਹੁਤ ਸੁੰਦਰ ਢੰਗ ਨਾਲ ਉੱਕਰਿਆ ਗਿਆ ਸੀ। ਠੀਕ ਇਹਨਾਂ ਦੀ ਨਕਾਸ਼ੀ ਬਹੁਤ ਸੋਹਣੀ ਢੰਗ ਨਾਲ ਕੀਤੀ ਗਈ ਸੀ। ਮਤਰਾ ਸਕੂਲ ਵਿੱਚ ਹੁਣ ਦੇਖੋ ਮਤਰਾ ਸਕੂਲ ਵਿੱਚ ਜਕਸ਼ੀਣੀਆਂ ਅਪਸਰਾਵਾਂ Hindu ਦੇਵੀ ਦੇਵਤੇ ਇਹਨਾਂ ਦੀਆਂ ਮੂਰਤੀਆਂ ਵੀ ਸਿਗੀਆਂ ਤੇ ਬੁੱਧ ਦੀਆਂ ਮੂਰਤੀਆਂ ਉੱਤੇ ਅਧਿਆਤਮਿਕ ਪਾਪ ਵੀ ਸੀਗਾ ਜਿਹੜਾ ਕਿ गंधार स्कूल ऑफ आर्ट नहीं सी इस तरह के प्रश्न पूछे गए आ मथुरा स्कूल ऑफ आर्ट के गंधार स्कूल ऑफ आर्ट में तुलना करो ठीक है आज अगले नहीं रैन दें बाकी नैक्सट क्लास में शुक्रिया जी सताल